अभी सुन रहे हो चावला न्यूज नेटवर्क टोरंटो CNN टोरंटो। फट साहब जी आयानु स्वागत है, सत श्री अकाल। शुक्रिया जी, मेरे वालों भी आप ही सारे श्रोता ते दर्शकों नु सत श्री अकाल। फस गया पेचा कुंडियां दे सिंग फस गए ते कोई नितरू बड़े में खानी। तख्त श्री पटना साहब दे जथेदार दा पेच फसिया, दो जथेदारां ने नभाई सेवा। सरदार रणजीत सिंह ने कहा कि कल वाली मीटिंग गैर संवधानक, जथेदार अकाल तख्त चुप। वह कहिंदे इक चुप है जिहड़ी तख्त श्री पटना साहब दी गल दा जी, जदों सानूं इशारा होगा उदों बोलांगे। की कहना चाहोगे? जिहड़ी तख्त श्री पटना साहब दी गल दा जी, पहले जनरल सकत्तर ने इंद्रजीत सिंह ने इन्हां दी बहाली दो ग्रंथी जिहड़ी पंज मिंबरी कमेटी बनाई सी, उन्हां कहता जी इन्हां दे रणजीत सिंह दे खिलाफ कोई सबूत नहीं मिले। उन्हां दे बिहाफ ते इंद्रजीत सिंह ने इन्हां नूं 18 तरीक नूं बहाल करता सी सेवा दे उत्ते। रणजीत सिंह नूं रणजीत सिंह जो सेवा करना है संगतां च हड़कंप मच गया। ਜਿਹੜਾ 18 ਨੂੰ ਹੁਕਮ ਕੀਤਾ ਸੀ ਉਹ ਗ੍ਰੰਥੀਆਂ ਨੇ ਫਿਰ ਵਾਪਸ ਲੈਂਦੇ ਆ ਵੀ ਨਹੀਂ ਏਦਾਂ ਨੀ ਕੰਮ ਚੱਲਦਾ। ਉਸ ਤੋਂ ਬਾਅਦ 30 ਤਰੀਕ ਨੂੰ ਜਾ ਕੇ ਗਿਆਨੀ ਇਕਬਾਲ ਸਿੰਘ ਜੀ ਦੀ ਨਿਯੁਕਤੀ ਨਵੀਂ ਕਮੇਟੀ ਬਣੀ, ਮਹਿੰਦਰ ਸਿੰਘ ਢਿਲੋਂਦੀ, ਰਾਜਾ ਸਿੰਘ ਤੇ ਹਰਬੰਸ ਸਿੰਘ ਜੀ, ਉਹਨਾਂ ਨੇ ਇਹਨੂੰ ਜਥੇਦਾਰ ਬਣਾ ਦਿੱਤਾ। ਕੱਲ ਪਹਿਲਾ ਦਿਨ ਸੀਗਾ, ਕੱਲ ਬਕਾਇਦਾ ਤੌਰ ਤੇ ਦੁਪਹਿਰ ਦੇ ਸਮੇਂ ਜਦੋਂ ਰਣਜੀਤ ਸਿੰਘ ਗੁਰੀ ਆਏ ਉੱਥੋਂ ਉੱਥੇ CCTV ਕੈਮਰੇ ਬੰਦ ਕਰ ਦਿੱਤੇ ਗਏ। ਦੇਖੋ ਇਹ ਬਕਾਇਦਾ ਤੌਰ ਤੇ ਆਪਣੀ ਸੇਵਾ ਵਗੈਰਾ ਕਰਕੇ ਚਲੇ ਗਏ ਤੇ ਸ਼ਾਮ ਦੀ ਸੇਵਾ ਆ ਕੇ ਗਿਆਨੀ ਇਕਬਾਲ ਸਿੰਘ ਨਿਭਾਈ। ਜਦੋਂ ਇਹਦੀ ਜਾਣਕਾਰੀ ਸੰਗਤਾਂ ਨੂੰ ਮਿਲੀ ਤੇ ਸੰਗਤਾਂ ਚ ਹੜਕੰਪ ਮਚ ਗਿਆ ਤੇ ਉਹਨਾਂ ਰਣਜੀਤ ਸਿੰਘ ਦਾ ਵਿਰੋਧ ਕੀਤਾ, ਭਾਈ ਇੱਕ ਛੇਕਿਆ ਹੋਇਆ ਵਿਅਕਤੀ ਇੱਥੇ ਤਖ਼ਤ ਤੇ ਸੇਵਾ ਕਿਵੇਂ ਕਰੇ। ਗਿਆਨੀ ਇਕਬਾਲ ਸਿੰਘ ਚੁੱਪ ਆ, ਜਿਹੜਾ ਗਿਆਨੀ ਰਣਜੀਤ ਸਿੰਘ ਗੌਰੇ ਮਸਕੀਨ ਉਹਦੇ ਕੋਲ 22+ ਸੁਰੱਖਿਆ ਵਾ, ਕਰੀਬ 30 ਵਿਅਕਤੀ ਨੂੰ ਸੁਰੱਖਿਆ ਦੇ ਕਮਜ਼ੋਰੀ ਕੋਲ ਰੱਖੇ ਰੱਖ। ਐਵੇਂ ਨੀ, ਐਵੇਂ ਨੀ ਗੱਲ ਬਣਦੀ। ਹੁਣ ਜਿਹੜੇ ਨਵੇਂ ਪ੍ਰਧਾਨ ਨੇ ਮਹਿੰਦਰ ਸਿੰਘ ਢਿੱਲੋਂ, ਉਹਨਾਂ ਨੇ ਉੱਥੋਂ ਜਿਹੜੇ ਲਾਗੇ ਸੀ SSP ਉਹਨੂੰ ਚਿੱਠੀ ਲਿਖੀ ਆ। ਚਿੱਠੀ ਲਿਖ ਕੇ ਉਹਨਾਂ ਨੇ 4 ਥਾਣੇਦਾਰ ਤੇ ਦਰਜਨ ਤੋਂ ਬਾਅਦ ਸਿਪਾਹੀ ਭੇਜ ਦਿੱਤੇ ਸੁਰੱਖਿਆ ਵਾ। ਇਸ ਚੀਜ਼ ਨੂੰ ਲੈ ਕੇ ਸੰਗਤਾਂ ਚ ਰੋਸ ਹੈ ਕਿ ਜਿਹੜੀ ਸਾਡੀ ਧਾਰਮਿਕ ਸੇਵਾ ਉਹਦੇ ਚ ਪੁਲਿਸ ਕਿਉਂ? ਹੁਣ ਇਹ ਤੇ ਫੈਸਲਾ ਕੀ ਹੁੰਦਾ ਇਹ ਤੇ ਉਹੀ ਕਮੇਟੀ ਜਾਣੇ, ਲੇਕਿਨ ਜਥੇਦਾਰ ਅਕਾਲ ਤਖ਼ਤ ਉੱਤੇ ਕੋਈ ਵੀ ਟਿੱਪਣੀ ਕਰਨ ਵਾਸਤੇ ਅੱਗੇ ਨਹੀਂ ਆ ਰਿਹਾ। ਨੈਤਿਕ ਡਿਊਟੀ ਜਥੇਦਾਰ ਅਕਾਲ ਤਖ਼ਤ ਦੀ ਬਣਦੀ ਹੈ ਵੀ ਉਹ ਆ ਕੇ ਦੋਵਾਂ ਜਥੇਦਾਰ ਬੁਲਾਵੇ, ਕਮੇਟੀ ਨੂੰ ਬੁਲਾਵੇ ਤੇ ਫਿਰ ਆਪਣਾ ਫੈਸਲਾ ਸੁਣਾਵੇ। ਲੇਕਿਨ ਉਹ ਕਿਸੇ ਨੇ ਇਹੋ ਜਿਹੀ ਧਸੂੜੀ ਚ ਪੈ ਕੇ ਖੁਸ਼ ਨਹੀਂ ਗਾ, ਜੋ ਹੁੰਦਾ ਹੋਈ ਜਾਣ ਦਿਓ, ਤਖ਼ਤ ਦੀ ਬਦਨਾਮੀ ਹੁੰਦੀ ਹੋਈ ਜਾਣ ਦਿਓ, ਉਹਦੇ ਬਾਰੇ ਕੋਈ ਟਿੱਪਣੀ ਨਹੀਂ ਕਰ ਰਿਹਾ। ਹੁਣ 17 ਤਰੀਕ ਤੋਂ ਉੱਤੇ ਪ੍ਰਭਾਤ ਫੇਰੀਆਂ ਸ਼ੁਰੂ ਹੋ ਰਹੀਆਂ ਨੇ। 17 ਤੋਂ ਲੈ ਕੇ 27 ਤੱਕ ਪ੍ਰਭਾਤ ਫੇਰੀਆਂ ਹੋਣਗੀਆਂ, 27 ਤੱਕ ਤੇ ਮੁੜ ਕੇ 28 ਤਰੀਕ ਨੂੰ ਬਕਾਇਦਾ ਤੌਰ ਤੇ ਨਗਰ ਕੀਰਤਨ ਹੋਏਗਾ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਜਿਹੜਾ ਉੱਥੇ ਜਿਹੜਾ ਗੁਰਦੁਆਰਾ ਹੈਗਾ ਵਾ ਲੀਲਾ ਸਿੰਘ ਕਿੱਦਾਂ ਦਾ ਗੁਰਦੁਆਰਾ ਹੈਗਾ, ਉੱਥੇ ਜਿਹੜੀ ਉਹ ਗੁਰਦੁਆਰਾ ਮਨਾਇਆ ਜਾਊਗਾ। ਹੁਣ ਉਹ ਸਭਾ ਕੌਣ ਨਿਭਾਉਂਦੇ ਆ, ਪ੍ਰਭਾਤ ਫੇਰੀਆਂ ਨੂੰ ਡੀਲ ਕੌਣ ਕਰਦਾ ਵਾ, ਨਗਰ ਕੀਰਤਨ ਦੀ ਕੌਣ ਬਣਦਾ ਵਾ, ਇਹਦੇ ਵਿੱਚ ਹੁਣ ਚਰਚਾ ਦਾ ਵਿਸ਼ਾ ਵਾ। ਆਉਣ ਵਾਲੇ ਸਮਾਂ ਦੱਸੂਗਾ ਕਿ ਕਿਹੜਾ ਜਥੇਦਾਰ ਅਸਲੀ ਤੇ ਕਿਹੜਾ ਨਕਲੀ, ਕਿਹੜਾ ਤਨਖਾਹੀ ਆ ਤੇ ਕਿਹੜਾ ਨਹੀਂ ਤਨਖਾਹੀ ਆ, ਤੇ ਜੇ ਦੋਵਾਂ ਦਾ ਕੰਪੈਰੀਜ਼ਨ ਕਰ ਵਿਖਰੀਏ ਦੋਵਾਂ ਚੋਂ ਘੱਟ ਕੋਈ ਵੀ ਨਹੀਂ ਹੈਗਾ, ਦੋਵਾਂ ਦੇ ਕਿਸੇ ਇੱਕ ਤੋਂ ਦੂਜੇ ਤੋਂ ਵੱਧ ਰਹੇ। ਬਿਲਕੁਲ ਬਿਲਕੁਲ, ਚਲੋ ਚੰਗੀ ਪਾਰਟੀ ਸਾਹਿਬ, ਮੇਰੇ ਨਾ ਮਨ ਚ ਆ ਰਿਹਾ ਸੀ ਕੁਝ ਵੀ ਇਹਨਾਂ ਦੋਨਾਂ ਦਾ ਮਤਲਬ ਉਮਰ ਕੱਦ ਕਾਠ ਤੇ ਤੁਹਾਡੀ ਉਮਰ ਕੱਦ ਕਾਠ ਬਰਾਬਰ ਹੀ ਹੋਣੀ ਆ, ਗੁਰਬਾਣੀ ਦੇ ਨੌਲੇਜ ਵੀ ਤੁਹਾਡੇ ਕੋਲ ਹੈਗੀ ਆ, ਇਹਨਾਂ ਦੋਨਾਂ ਨੇ ਸ੍ਰੀ ਸਾਹਿਬ ਉੱਤੋਂ ਦੀ ਪਾਏ ਨੇ, ਤੁਸੀਂ ਵੀ ਦਸਤਾਰ ਸਜਾਈ ਹੈ, ਜਿਸ ਤੱਕ ਮੈਨੂੰ ਲੱਗਦਾ ਕਿ ਦਾੜੀ ਨੂੰ ਤੁਸੀਂ ਸਰੀਰ ਨੇ ਰੋਮਾਂ ਨੂੰ ਕਦੇ ਬੇਅਦਬੀ ਨਹੀਂ ਕੀਤੀ, ਮੇਰੇ ਵਾਂਗੂ ਤੁਸੀਂ ਕਿਤੇ ਦਾਗ ਲਾਇਆ ਹੋਣਾ, ਠੀਕ ਹੈ, ਤੇ ਕਿਤੇ ਤਾਂਜੀਆਂ ਥੋੜੀ ਜਿਹੀਆਂ ਕਰ ਲੈਂਦੇ ਤੇ ਤੁਸੀਂ ਵੀ ਕਿਸੇ ਜਥੇਦਾਰ ਤਖ਼ਤ ਦੇ ਜਥੇਦਾਰ ਹੋਣਾ ਸੀਗਾ। ਸਾਨੂੰ ਜਥੇਦਾਰ ਲੱਗੇ ਮਰਨਾ ਇਹਨਾਂ ਨੇ, ਗੱਲ ਤੇ ਆ ਵੀ ਜਿਹੜੇ ਜਥੇਦਾਰ ਉਹਨੇ ਗਲਤੀ ਕੀਤੀ ਉੱਥੇ ਠੋਕ ਦੇਣੀ ਲਾਇਆ ਸਾਨੂੰ, ਸਮਝ ਨਹੀਂ ਆਇਆ ਕਿ ਕਿਤੇ ਤਾਂਜੀਆਂ ਥੋੜੀ ਜਿਹੀ ਆਉਂਦੀਆਂ ਹੁੰਦੀਆਂ। ਹਾਂਜੀ ਹਾਂਜੀ ਹਾਂਜੀ, ਕਿਤੇ ਤਾਂ ਕਿਤੇ ਤਾਂ ਜੀਆਂ ਹੁੰਦੀਆਂ ਹੁੰਦੀਆਂ, ਬਸ ਮਤਲਬ
ਤਲਵੇ ਜੇ ਚੱਟ ਲੈਂਦੇ ਥੋੜੇ ਜੇ, ਜਮੀਰ ਜੀ ਮਾਰੀ ਹੁੰਦੀ, ਏਜੰਟ ਸਿਕਿਉਰਿਟੀ ਤੁਹਾਡੇ ਕੋਲ ਵੀ ਹੋਣੀ ਸੀ, ਹੈਂ ਕੌਮ 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 ਖਾਏ ਖਸਮਾਂ ਨੂੰ, ਹਾਂਜੀ ਮੈਂ ਤੇ ਮੇਰਾ ਬੱਚੇ ਰਾਜੀ, ਗੁਰੂਆਂ ਨੂੰ ਵੀ ਨਹੀਂ ਬਖਸ਼ਿਆ ਇਹਨੂੰ ਜਿਹਨੂੰ ਜਹਿਦਾਦ ਵਾਲਾ ਆਤਾ ਤਖਤ ਦਾ, ਹੈਂ ਮੇਰੇ ਸਾਹਮਣੇ ਆ, ਮੈਂ ਤਾਂ ਕਦੇ ਹੱਥ ਵੀ ਨਾ ਮਿਲਾਵਾਂ ਇਹਨੂੰ, ਮਤਲਬ ਜਿਹੜਾ ਕਹਿੰਦਾ ਸੀ ਮੈਨੂੰ ਜੋਤਿਸ਼ ਵੀ ਆਉਂਦਾ ਹੈ, ਬੜਾ ਕੁਛ ਹੁੰਦਾ, ਉਹਦੇ ਬੜੇ ਟਿੱਕੇ ਛਿੱਕੇ ਵੀ ਲਾ ਕੇ ਬਹਿ ਜਾਂਦਾ ਸਾਨੂੰ ਉੱਥੇ ਤੇ ਤਖੀਆਂ ਲਾ ਕੇ ਆਪਾਂ ਗੁਰੂ ਜੀ ਇੱਥੇ ਤੇ ਕੋਈ ਨਹੀਂ ਵੇਖੋ ਉੱਤੇ ਚਲੋ, ਕਹਿੰਦਾ ਲੇਖਾ ਰੱਬ ਮਗੇਸੀਆਂ ਤੂੰ ਆਇਓ ਕਿਹੜੇ ਕੰਮ, ਬਾਣੀ ਕਹਿੰਦੀ ਆ ਨਾ, ਕਰਮਾਂ ਭਾਗਾਂ ਵਾਲੇ ਅਸੀਂ ਜਿਸ ਧਰਮ ਦੇ ਵਿੱਚ ਪੈਦਾ ਹੋਏ ਆ, ਪਰ ਇਹਨੂੰ ਸਵਾਲ ਤੇ ਹੋਣਗੇ ਕੋਈ ਨਹੀਂ, ਹੈਨੀ ਵੇ ਉਹਦੀ ਲਾਠੀ ਚ ਆਵਾਜ਼ ਨਹੀਂ ਹੈਗੀ, ਸਾਡੇ ਇੱਕ ਕਾਲਰ ਨੇ, ਆਪਾਂ ਗੱਲ ਕਰ ਚੁੱਕੇ ਹਾਂ ਜਿੱਦਣ ਆਪਾਂ ਕਸ਼ਮੀਰ ਫਿਲਮ ਦੀ ਗੱਲ ਕੀਤੀ ਸੀ, ਕਿ ਕਸ਼ਮੀਰੀ ਪੰਡਿਤਾਂ ਨੇ ਵੀ ਇਸ ਫਿਲਮ ਦੇ ਬਾਈਕਾਟ ਦੇ ਬਾਰੇ ਲਫ਼ਜ਼ ਵਰਤੇ ਨੇ, ਹੈ ਨਾ, ਅਸੀਂ ਦੋ ਤਿੰਨ ਵਾਰੀ ਦੋਨਾਂ ਸ਼ੋਆਂ 'ਚ ਕਰ ਚੁੱਕੇ, ਹੁਣ ਕੀ ਪ੍ਰੋਬਲਮ ਆਉਂਦੀ ਸਾਨੂੰ ਕਿ ਸਾਡਾ 4 ਘੰਟੇ ਦਾ ਸ਼ੋਅ ਹੈ, ਕਈ ਸਾਡੇ ਵੀਰ ਪਹਿਲਾਂ ਸੁਣਦੇ ਨੇ, ਕਈ ਬਾਅਦ ਸੁਣਦੇ ਨੇ, ਅਤੇ ਜਦੋਂ ਸਾਡੀ ਮਾੜੀ ਜਿਹੀ ਗੱਲਬਾਤ ਉਹਨਾਂ ਨੂੰ ਚੰਗੀ ਲੱਗਦੀ ਤਾਂ ਇੱਥੇ 5-6 ਚੈਨਲ ਚੱਲਦੇ ਨੇ, ਉਹ ਚੱਕ ਕੇ ਨੰਬਰ 2 ਅਤੇ ਨੰਬਰ 3 ਅਤੇ ਨੰਬਰ 4 ਅਤੇ ਨੰਬਰ 5 'ਤੇ, ਫਿਰ ਲੱਗਦਾ ਵੀ ਇੱਥੇ ਤਾਂ ਮਜ਼ਾ ਜਿਹਾ ਨਹੀਂ ਆ ਰਿਹਾ, ਫਿਰ ਵਾਪਸ ਆਉਂਦੇ ਨੇ ਜਦ ਤੱਕ ਅਸੀਂ ਉਹ ਗੱਲ ਕਰ ਚੁੱਕੇ ਹੁੰਦੇ ਹਾਂ, ਅਤੇ ਉਹ ਫਿਰ ਸਾਨੂੰ ਕਹਿਣਗੇ ਤੁਸੀਂ ਆਹ ਗੱਲ ਕੀਤੀ ਨਹੀਂ, ਸਾਨੂੰ ਗਿਲਟੀ ਕਰਾਉਣਗੇ, ਜਦੋਂ ਕਿ ਗਾਂਹ ਆਪ ਉਹ ਚੈਨਲਾਂ ਦੇ ਉੱਤੇ ਮਜ਼ੇ ਲੈਣ ਵਾਸਤੇ ਸਕਿੱਪ ਕਰਕੇ ਗਾਂਹ ਗਏ ਹੁੰਦੇ, ਸਾਡਾ ਤਾਂ ਲਗਾਤਾਰ 4 ਘੰਟੇ ਕੰਮ ਚੱਲ ਹੀ ਰਿਹਾ ਹੁੰਦਾ। ਸੋ ਕਸ਼ਮੀਰੀ ਪੰਡਿਤਾਂ ਨੇ ਵੀ ਇਸ ਫਿਲਮ ਦਾ ਬਾਈਕਾਟ ਕੀਤਾ ਸੀ, ਕਸ਼ਮੀਰੀ ਪੰਡਿਤਾਂ ਨੇ ਵੀ ਇਹਦੇ ਬਾਰੇ ਬੋਲਿਆ ਸੀ ਕਿ ਇਹਦੇ ਵਿੱਚ ਜੋ ਦਿਖਾਇਆ ਗਿਆ ਸਹੀ ਨਹੀਂ ਹੈ, ਜੋ ਪੀੜਤ ਨੇ ਉਹਨਾਂ ਨੇ ਬੜਾ ਕੁਝ ਤੁਸੀਂ ਵੀ ਦੱਸਿਆ, ਮੈਂ ਵੀ ਦੱਸਿਆ, ਕੀਦਾ ਸਾਹਿਬ ਨੇ ਵੀ ਦੱਸਿਆ। ਖੈਰ, ਗੁਜਰਾਤ ਚੋਣਾਂ ਦਾ ਪਹਿਲਾ ਪੜਾਅ ਮੁਕੰਮਲ, 60% ਦੀ ਹੋਈ ਵੋਟਿੰਗ, ਆਮ ਆਦਮੀ ਪਾਰਟੀ ਦਾ ਜਲਵਾ ਸਿਰਫ ਸੂਰਤ ਵਿੱਚ ਹੀ ਦੇਖਣ ਨੂੰ ਮਿਲਿਆ, ਲੱਗਦਾ ਤੁਹਾਨੂੰ ਕਿ ਉੱਥੇ ਕੁਝ ਬਦਲਾਅ ਆਉਣ ਵਾਲਾ ਜਾਂ ਕੁਝ ਕੀ ਕਹਿਣਾ ਚਾਹੋਗੇ? ਬਦਲਾਅ ਦੇ ਚਾਂਸ ਤੇ ਘੱਟ ਨੇ। ਅੱਛਾ ਜੀ, ਜਿੰਨਾ ਛੋਰ ਜਾ ਕੇ ਉਹਨਾਂ ਮਨਾਇਆ ਮਚਾਇਆ ਸੀ ਜਾ ਕੇ ਆਮ ਆਦਮੀ ਪਾਰਟੀ ਨੇ, ਹੁਣ ਤੱਕ ਜਿਹੜੀਆਂ ਉੱਥੋਂ ਅਪਡੇਟਸ ਆਈਆਂ ਨੇ, ਉਹ ਅਪਡੇਟਸ ਇਹ ਕਹਿੰਦੀਆਂ ਵੀ 2012 ਦੇ ਵਿੱਚ ਉੱਥੇ 71% ਪੋਲਿੰਗ ਹੋਈ ਸੀ ਤੇ ਬੀਜੇਪੀ ਨੂੰ 61 ਸੀਟਾਂ ਇਹਨਾਂ 99 ਸੀਟਾਂ ਚ ਮਿਲੀਆਂ ਸੀ, 99 ਇਹਨੂੰ 61 ਮਿਲੀਆਂ ਸੀ ਤੇ 22 ਮਿਲੀਆਂ ਸੀ ਜਿਹੜੀਆਂ ਸੀ ਸਿਰਫ ਆਪਣੇ ਇਹਨੂੰ ਕਾਂਗਰਸ ਨੂੰ, ਇੱਕ NCP ਨੂੰ ਮਿਲੀ ਸੀ, ਇੱਕ ਆਜ਼ਾਦ ਉਦਕ ਨੂੰ ਮਿਲੀਆਂ ਸੀਗੀਆਂ, ਤੇ 2017 ਦੇ ਵਿੱਚ 67% ਵੋਟਾਂ ਪੋਲ ਹੋਈਆਂ ਸੀ ਤੇ 48% ਮਿਲੀਆਂ ਸੀ ਸੀਟਾਂ ਮਿਲੀਆਂ ਸੀ ਬੀਜੇਪੀ ਨੂੰ ਤੇ 36 ਮਿਲੀਆਂ ਸੀ ਕਾਂਗਰਸ। ਹੁਣ ਇਸ ਵਾਰੀ ਕੀ ਆ, ਇਸ ਵਾਰੀ ਆਮ ਆਦਮੀ ਪਾਰਟੀ ਨੇ ਪੂਰਾ ਛੋਰ ਉਚਾਇਆ, ਖੋਰੂ ਪਾਇਆ, ਕੁਛ ਕਲੇ ਦੀ ਮਿਹਨਤ ਬਹੁਤ ਕੀਤੀ ਇਹਨਾਂ, ਪੈਸਾ ਬੜਾ ਪਾਇਆ, ਲੇਕਿਨ ਇੱਕੋ ਜਿਹੀ ਵਿੱਚ ਆ ਗਿਆ ਸੀ ਵੀ ਨਹੀਂ ਇਹ ਤੇ ਕਿਸੇ ਖਾਤੇ ਚ ਨੀ ਹੈਗੀ, ਫਿਰ ਮਾੜਾ ਜਿਹਾ ਹੰਭਲਾ ਮਾਰਿਆ, ਫਿਰ ਕਿਸੇ ਖਾਤੇ ਚ। ਲੋਕਲ ਬਾਡੀ ਚੋਣਾਂ ਦੇ ਵਿੱਚ 130 ਸੀਟਾਂ ਦੇ ਵਿੱਚ ਜਦੋਂ 27 ਸੀਟਾਂ ਇਹਨਾਂ ਨੂੰ ਮਿਲੀਆਂ ਸੀ ਸੂਰਤ ਦੇ ਵਿੱਚ, ਤੇ ਇਹ ਫਿਰ ਉਦੋਂ ਭੱਜੇ ਸੀ ਕਿ ਸਾਡੀ ਗੱਲ ਬਣ ਗਈ ਆ ਗੁਜਰਾਤ ਦੇ ਵਿੱਚ। ਫਿਰ ਕੇਜਰੀਵਾਲ ਸਾਹਿਬ ਹਰ ਸੰਡੇ ਨੂੰ ਜਿਹੜੇ ਸੀ ਗੁਜਰਾਤ ਚ ਕੋਈ ਪ੍ਰੋਗਰਾਮ ਰੱਖਦੇ ਸੀ। ਹੁਣ ਇਸ ਵੇਲੇ ਜਿਹੜੀਆਂ 89 ਸੀਟ ਦੇ ਉੱਤੇ ਜਿਹੜੀ ਪੋਲਿੰਗ ਹੋਈ ਆ ਤੇ ਉਹਨਾਂ ਦੇ ਵਿੱਚੋਂ ਜੋ ਹੁਣ ਉੱਥੋਂ ਤੁਕ ਆ ਰਿਹਾ ਵਾ, ਜਿਹੜੀ ਆਮ ਆਦਮੀ ਪਾਰਟੀ ਆ ਇਹ ਸੂਰਤ ਦੇ ਵਿੱਚ 7 ਸੀਟਾਂ ਦੇ ਵਿੱਚ, ਇੱਕ ਖੰਭਾਲੀਆ ਸੀਟ ਦੁਆਰਕਾ ਚ ਜਿੱਥੇ ਇਹਨਾਂ ਦਾ ਜਿਹੜਾ ਇਹਨਾਂ ਮੁੱਖ ਮੰਤਰੀ ਬਣਾਇਆ ਪਰ ਸਾਡਾ ਮੁੱਖ ਮੰਤਰੀ ਉਮੀਦਵਾਰ ਉਹ ਖੜਾ ਵਾ, ਇਹ 8 ਸੀਟਾਂ ਦੇ ਉੱਤੇ ਇਹ ਆਪਣੀ ਹੋਣ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਕਰੀ, ਬਾਕੀ ਸੀਟਾਂ ਦੇ ਕੋਈ ਇਹਦਾ ਪ੍ਰਗਟਾਵਾ ਬਹੁਤਾ ਨਹੀਂ ਹੈਗਾ, ਕਈ ਥਾਵਾਂ ਤੇ ਬੂਥ ਹੀ ਨੀ ਲੱਗੇ, ਪਤਾ ਹੀ ਨੀ ਕਿਸ ਨੂੰ ਆਮ ਆਦਮੀ ਪਾਰਟੀ ਕਰੀ ਹੈਗੀ, ਪੈਰ ਧਰਾਵਾ ਕਰਨ ਵਾਲੀ ਆ, ਪੈਰ ਧਰਾਵਾ ਕਰਨ ਵਾਲੀ ਹੈ, ਮੁੱਖ ਮੁਕਾਬਲਾ ਤੇ ਕਾਂਗਰਸ ਦੇ ਵਿੱਚ ਤੇ ਬੀਜੇਪੀ ਚ ਹੋਏਗਾ। ਜਿਹੜੀ ਕਾਂਗਰਸ ਆ ਉਹ ਨਰਮਦਾ, ਮੋਰਬੀ, ਸੋਮਨਾਥ, ਰਾਮਨਗਰ, ਡਾਂਗ, ਤਾਪੀ, ਅਮਰੇਲੀ, ਸੋਮਨਾਥ, ਜੂਨਾਗੜ੍ਹ ਤੇ ਸੁੰਦਰ ਨਗਰ, ਇਹਨਾਂ ਦੇ ਵਿੱਚ ਇਹਨਾਂ ਦੇ ਜਿਹੜੇ ਉਮੀਦਵਾਰ ਕਾਫੀ ਸਖ਼ਤ ਮੁਕਾਬਲਾ ਦੇ ਰਹੇ ਨੇ ਬੀਜੇਪੀ ਨੂੰ, ਤੇ ਬੀਜੇਪੀ ਜਿਹੜੀ ਹੈ ਇਹ ਕੱਛ ਦੇ ਵਿੱਚ ਹੈ, ਭਾਵਨਗਰ ਚ ਹੈ, ਪੋਰਬੰਦਰ ਚ ਹੈ, ਰਾਜਕੋਟ ਚ ਹੈ, ਸੂਰਤ ਚ ਹੈ, ਨਵਸਾਰੀ ਚ ਹੈ, ਵਲਸਾੜ ਹੈ ਤੇ ਬਰੂਜ ਚ ਹੈ, ਇਹਨਾਂ ਥਾਵਾਂ ਤੇ ਕਾਫੀ ਬੀਜੇਪੀ ਦੀ ਕਾਫੀ ਵੋਟ ਪਈ, ਜੰਮ ਕੇ ਵੋਟ ਪਈ ਇਹਨਾਂ ਨੂੰ। ਲੋਕ ਕਹਿੰਦੇ ਵੀ ਜਿਸ ਤਰ੍ਹਾਂ ਸਰਕਾਰ ਬਣੀ ਤੇ ਠੀਕ, ਫਿਰ ਬੀਜੇਪੀ ਦੀ ਬਣਾ ਦੇ ਕੋਈ ਗੱਲ। ਹੁਣ 36 ਸੀਟਾਂ ਵਾ, 36 ਸੀਟਾਂ ਦੇ ਉੱਤੇ 12 ਸੀਟਾਂ ਤੇ ਤਿਕੋਨਾ ਮੁਕਾਬਲਾ ਤੇ 24 ਸੀਟਾਂ ਜਿਹੜੀਆਂ ਹੈਗੀਆਂ ਬਕਾਇਦਾ ਤੌਰ ਤੇ ਉਹ ਬੀਜੇਪੀ ਦੇ ਹੱਕ ਚ ਜਾ ਰਹੀਆਂ ਨੇ।
ਜਿਹੜੀ ਗੱਲ ਉਹਨੇ ਬਣਾਈ ਸੀ ਵੀ ਬੀਜੇਪੀ ਇਹ ਚਾਹੁੰਦੀ ਸੀ ਪੰਜਾਬ ਵਾਂਗੂ ਵੀ ਆਮ ਆਦਮੀ ਪਾਰਟੀ ਅਸੀਂ ਦੂਸਰੇ ਨੰਬਰ ਦੀ ਪਾਰਟੀ ਬਣ ਜਾਈਏ, ਸਾਡੀ ਬੜੀ ਪ੍ਰਾਪਤੀ ਉਹ ਮੁਸ਼ਕਲ ਆ। ਲੇਕਿਨ ਕਾਂਗਰਸ ਦਾ ਤਵਾਜਨ ਐਤਕੀ ਜੇ ਵਿਗਾੜ ਰਹੀ ਹੈ ਤੇ ਉਹ ਆਮ ਆਦਮੀ ਪਾਰਟੀ ਵਿਗਾੜ ਰਹੀ। ਆਮ ਆਦਮੀ ਪਾਰਟੀ ਜੇ 2-4-5% ਜਿੰਨੀ ਵੀ ਵੋਟ ਲੈ ਕੇ ਜਾਂਦੀ ਹੈ ਉਹਦੇ ਵਿੱਚ ਮੈਕਸੀਮਮ ਵੋਟ ਉਹ ਜਿਹੜੀ ਐਂਟੀ ਇਨਕੰਬੈਂਸੀ ਦੀ ਵੋਟ ਆ ਇਹਨਾਂ ਦੀ ਆਪਣੇ ਦੀ ਕਾਂਗਰਸ ਦੀ ਉਹ ਤੋੜੇਗੀ ਤੇ ਨੁਕਸਾਨ ਬੀਜੇਪੀ ਦਾ ਘੱਟ ਕਰੇਗੀ ਤੇ ਇਹਦਾ ਆਪਣੇ ਦਾ ਜਿਹੜਾ ਕਾਂਗਰਸ ਪਤਾ ਕਰੇਗੀ। ਅੱਛਾ, ਜਿਹੜੇ ਪੇਂਡੂ ਖੇਤਰ ਹੈ ਜੀ, ਪੇਂਡੂ ਖੇਤਰ ਤੇ ਖਾਸ ਕਰਕੇ ਆਦਿਵਾਸੀ ਏਰੀਏ ਦੇ ਵਿੱਚ, ਆਦਿਵਾਸੀ ਏਰੀਏ ਦੇ ਵਿੱਚ ਜਿਹੜੀ ਕਾਂਗਰਸ ਬਹੁਤ ਸਟਰੋਂਗ, ਉਹ ਲੋਕਾਂ ਦੀ ਪਰੰਪਰਾਗਤ ਵੋਟ ਉਹ ਪਾਉਂਦੇ ਕਾਂਗਰਸ ਨੂੰ, ਭਾਵੇਂ ਉਹਨਾਂ ਦੇ ਕੁਛ ਬਣੇ ਨਾ ਬਣੇ ਉਹ ਸੋਚਦੇ ਵੀ ਸਾਡੀ ਮਾਂ ਪਾਰਟੀ ਕਾਂਗਰਸ ਨਾਲ ਵੋਟ ਪਾਉਣੀ। ਉੱਥੇ ਜਦੋਂ ਦੋ ਰੈਲੀਆਂ ਸੰਬੋਧਨ ਕੀਤੀਆਂ ਜਾ ਕੇ ਰਾਹੁਲ ਗਾਂਧੀ ਨੇ, ਉਹਨੇ ਉਹ ਆਦਿਵਾਸੀਆਂ ਏਰੀਏ 'ਚ ਕੀਤੀਆਂ ਜਾ ਕੇ, ਬਾਕੀ ਕਿਤੇ ਨੀ ਕੀਤੀਆਂ ਉਹਨੇ ਜਾ। ਇਸ ਕਰਕੇ ਭਾਵੇਂ ਸਰਕਾਰ ਉੱਥੇ ਬੀਜੇਪੀ ਬਣਾ ਲਵੇ ਕੋਈ ਸ਼ੱਕ ਵਾਲੀ ਗੱਲ ਨੀ ਕਰ ਸਕਦੇ, ਲੇਕਿਨ ਕਾਂਗਰਸ ਪਾਰਟੀ ਦੂਸਰੇ ਤੇ ਜਿਹੜੀ ਆਮ ਆਦਮੀ ਪਾਰਟੀ ਤੀਸਰੇ ਨੂੰ ਦੱਸਿਆ ਗਈ। ਭੱਟੀ ਸਾਹਿਬ, ਤੁਹਾਡਾ ਅਨਾਲਿਸਿਸ ਹਮੇਸ਼ਾ ਹੀ ਬੜਾ ਰਿਹਾ, ਤੁਸੀਂ ਪਹਿਲਾਂ ਵੀ ਆਮ ਆਦਮੀ ਪਾਰਟੀ ਨੂੰ ਜਦੋਂ ਇੰਨੀਆਂ ਸੀਟਾਂ ਨਹੀਂ ਸੀ ਦਿੱਤੀਆਂ, ਪਰ ਤੁਸੀਂ ਜਦੋਂ ਟ੍ਰੈਂਡ ਆ ਗਏ ਸੀ, ਟ੍ਰੈਂਡ ਆ ਗਏ ਸੀ ਤੇ ਅਸੀਂ ਮਤਲਬ ਕੋਈ ਦਾਅਵਾ ਨਹੀਂ ਕਰਦੇ, ਚਲੋ ਜਿੱਤ ਹਾਰ ਤੇ ਹੈਗੀ ਹੈਗੀ। ਅੱਛਾ, ਭਗਵੰਤ ਮਾਨ ਹੁਣਾਂ ਨੂੰ ਨਾ ਵੱਖ ਵੱਖ ਸੂਬਿਆਂ ਦੇ ਵਿੱਚ ਮਤਲਬ ਮਹੀਨੇ ਦੋ ਮਹੀਨਿਆਂ ਪਿੱਛੋਂ ਨਾ ਛੁੱਟੀਆਂ ਕੱਟਣ ਭੇਜ ਦਿਆ ਕਰੋ ਵਕੇਸ਼ਨ 'ਤੇ, ਇੱਕ ਚੀਜ਼ ਬੜੀ ਵਧੀਆ ਸਿੱਖ ਕੇ ਆਏ ਨੇ ਉਹ। ਮੈਂ ਸਲਿਊਟ ਕਰਦਾ ਭਗਵੰਤ ਮਾਨ ਜੀ, ਤੁਹਾਨੂੰ ਸਲਿਊਟ ਹੈ, ਤੁਹਾਡੇ ਵਿੱਚ ਹੈ ਪੰਜਾਬ, ਪੰਜਾਬੀਅਤ, ਪੰਜਾਬੀ ਕਲਚਰ, ਪੰਜਾਬੀ ਵਿਰਸਾ, ਪੰਜਾਬੀ ਸੱਭਿਆਚਾਰ ਤੁਹਾਡੇ ਜੀਨ ਦੇ ਵਿੱਚ ਹੈ, ਇਹ ਠੀਕ ਹੈ, ਪ੍ਰਭਾਵ ਤੁਹਾਡੇ ਦੇ ਉੱਤੇ ਹੈ, ਤੁਹਾਡੀਆਂ ਕੁਝ ਮਜਬੂਰੀਆਂ ਹੋ ਸਕਦੀਆਂ ਨੇ, ਅਸੀਂ ਤੁਹਾਡੇ ਵਿਰੋਧੀ ਨਹੀਂ ਹਾਂ, ਅਸੀਂ ਤੁਹਾਨੂੰ ਤਰਾਸ਼ਣ ਵਾਲੇ ਹਾਂ, ਹੋ ਸਕਦਾ ਸਾਡੀਆਂ ਕੁਝ ਖਬਰਾਂ ਤੁਹਾਡੇ ਤੱਕ ਕੱਟ ਵੱਢ ਕੇ ਭੇਜਦੇ ਹੋਣ, ਪਰ ਜਿੱਥੇ ਤੁਸੀਂ ਸਹੀ ਹੋ ਅਸੀਂ ਖੜ੍ਹੇ ਹੋ ਕੇ ਵੀ ਤੁਹਾਨੂੰ ਸਲੂਟ ਮਾਰਾਂਗੇ। ਮੈਂ ਤੁਹਾਡੀ ਸਪੀਚ ਪਿਛਲੇ ਦਿਨ ਹੀ ਸੁਣੀ, ਉਹਦੇ ਵਿੱਚ ਵੀ ਤੁਸੀਂ ਪੰਜਾਬ, ਪੰਜਾਬੀ ਅਤੇ ਪੰਜਾਬੀ ਬੋਲੀ ਦੀ ਗੱਲ ਕੀਤੀ ਕਿ ਵੱਡੇ ਵੱਡੇ ਸਰਕਾਰੀ ਅਦਾਰਿਆਂ ਦੇ ਵਿੱਚ ਪੰਜਾਬੀ ਬੋਲੀ ਨੂੰ ਉੱਤੇ ਰੱਖੋ। ਅੱਜ ਤੁਸੀਂ ਕਿਹਾ ਕਿ ਜੇ ਮੈਂ ਸਖ਼ਤ ਹੋਵਾਂਗਾ, ਫਿਰ ਤੁਸੀਂ ਕਹੋਗੇ ਕਿ ਮੈਂ ਸਖ਼ਤ ਹੋਣਾ, ਜਿੰਨੇ ਵੀ ਪੰਜਾਬ ਦੇ ਵਿੱਚ ਸਟੋਰ ਨੇ ਜਾਂ ਕੋਈ ਪ੍ਰਾਈਵੇਟ ਅਦਾਰੇ ਨੇ ਉਹਦੇ ਉੱਤੇ ਪਹਿਲਾਂ ਪੰਜਾਬੀ ਦੇ ਵਿੱਚ ਆਪਣੇ ਨਾਮ ਲਿਖੋ। ਥੈਂਕ ਯੂ, ਸਮੇਂ ਬਾਅਦ, ਬਹੁਤ ਸਮੇਂ ਬਾਅਦ ਤੁਸੀਂ ਇੱਕ ਅਜਿਹੇ ਮੁੱਖ ਮੰਤਰੀ ਹੋ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਰੁਤਬਾ ਦਿਵਾਉਣ ਵਾਸਤੇ ਇਹ ਅੱਜ ਬੜੇ ਸੌਫਟ ਲੈਂਗੁਏਜ ਦੇ ਵਿੱਚ, ਸੌਫਟ ਭਾਸ਼ਾ ਦੇ ਵਿੱਚ ਬਿਆਨ ਦਿੱਤਾ ਹੈ। ਤੁਸੀਂ ਸਿੱਖ ਕੇ ਆਏ ਹੋ, ਅਸੀਂ ਜਦੋਂ ਜਾਂਦੇ ਹਾਂ ਗੁਜਰਾਤ, ਬੰਗਾਲ, ਮਦਰਾਸ ਜਾਂ ਹੋਰ ਨੇ ਆ ਉੱਤਰਾਖੰਡ ਦੇ ਵਿੱਚ ਚਲ ਜਾਓ ਤੁਸੀਂ, ਜਾਂ ਤੁਸੀਂ ਕਰਨਾਟਕਾ ਵਾਲੇ ਪਾਸੇ ਚਲ ਜਾਓ ਜਾਂ ਕਿਸੇ ਹੋਰ ਪਾਸੇ ਚਲ ਜਾਓ, ਉਹਨਾਂ ਦੀ ਭਾਸ਼ਾ ਉੱਤੇ ਹੁੰਦੀ ਹੈ, ਉਹ ਆਪਣੀ ਭਾਸ਼ਾ ਨੂੰ ਟੌਪ 'ਤੇ ਰੱਖਦੇ ਨੇ, ਥੱਲੇ ਮੁੜ ਕੇ ਇੰਗਲਿਸ਼ ਆਉਂਦੀ ਹੈ, ਉਦੋਂ ਬਾਅਦ ਹਿੰਦੀ ਆਉਂਦੀ ਹੈ, ਜਾਂ ਥੱਲੇ ਹਿੰਦੀ ਆ ਫਿਰ ਇੰਗਲਿਸ਼ ਆਉਂਦੀ। ਵੈਸੇ ਹੋਣਾ ਇੱਦਾਂ ਹੀ ਚਾਹੀਦਾ, ਜਿਹੜੀ ਜਿਸ ਵੀ ਸੂਬੇ ਦੀ ਭਾਸ਼ਾ ਪਹਿਲਾਂ ਉਹ। ਮੇਰੇ ਮਦਰ ਮੇਰੇ ਮਤਲਬ ਸਤਿਕਾਰਯੋਗ ਮਾਤਾ ਜੀ, ਉਦੋਂ ਭੱਟੀ ਸਾਹਿਬ ਆਪਾਂ ਮਿਲੇ ਨਹੀਂ ਸੀ, ਅਕਾਲ ਚਲਾਣਾ ਕਰ ਗਏ ਅਤੇ ਮੈਂ ਤੁਹਾਡੇ ਇੱਥੇ ਪਾਰਵਤੀ ਹੋਸਪਿਟਲ ਜਿਹੜਾ ਮਨਜੀਤ ਐਵਨਿਊ 'ਚ ਪੈਂਦਾ ਹੈ ਜੀ, ਉਹਦੇ ਵਿੱਚ ਉਹਨਾਂ ਦਾ ਇਲਾਜ ਚੱਲਿਆ ਮਹੀਨਾ ਭਰ, ਮੈਂ ਉੱਥੇ ਸੀ ਹੋਸਪਿਟਲ ਦੇ ਵਿੱਚ ਹੀ। ਮਤਲਬ ਹਰ ਪੁੱਤ, ਹਰ ਬੱਚਾ ਚਾਹੁੰਦਾ ਕਿ ਮੇਰੀ ਮਾਂ ਬੱਚੇ, ਹੈ ਨਾ, ਜੀ ਤੋੜ ਮਿਹਨਤ ਕੀਤੀ, ਪਰ ਚਲੋ ਜੋ ਸਵਾਸ ਸੀਗੇ ਸਤਿਗੁਰ ਨੇ ਜਿੰਨੇ ਬਖਸ਼ੇ ਉਹਨੇ। ਉਦੋਂ ਆ ਕੇ ਮੈਂ ਆਪਣੀ ਮਾਂ ਦੇ ਦੁੱਖ ਤੋਂ ਸਭ ਤੋਂ ਬੜਾ ਦੁੱਖ ਇਹ ਮਹਿਸੂਸ ਕੀਤਾ ਸੀ, ਯਾਰ ਮੈਂ ਵੀਡੀਓ ਵੀ ਲੈ ਕੇ ਆਇਆ, ਕਾਸ਼ ਮੇਰੇ ਕੋਲ ਟੀਵੀ ਹੋਵੇ, ਸ਼ਾਇਦ ਮੈਂ ਲੱਭਣ ਦੀ ਵੀ ਕੋਸ਼ਿਸ਼ ਕਰੂੰਗਾ, ਮੇਰੇ ਕੋਲ ਉਹ ਕੈਮਰਾ ਸੀ ਉਦੋਂ ਛੋਟਾ। ਯਾਰ ਮੈਨੂੰ ਇੰਝ ਲੱਗਦਾ ਕਿ ਮੈਂ ਰਣਜੀਤ ਐਵਨਿਊ ਨਹੀਂ ਗਿਆ, ਮੈਂ ਕਿਸੇ ਬਾਹਰਲੇ ਮੁਲਕ 'ਚ ਬੈਠਾ। ਹਰ ਇੱਕ ਦੁਕਾਨ ਦਾ, ਹਰ ਇੱਕ ਬਿਜ਼ਨਸ ਦਾ ਸਾਈਨ ਇੰਗਲਿਸ਼ ਦੇ ਵਿੱਚ ਹੈ ਅਤੇ ਹਿੰਦੀ ਦੇ ਵਿੱਚ, ਪੰਜਾਬੀ ਹੈ ਹੀ ਨਹੀਂ। ਮੈਂ ਆ ਕੇ ਉਨਾ ਹੀ ਦੁੱਖ ਮਹਿਸੂਸ ਕੀਤਾ ਸੀ ਜਿੰਨਾ ਮੈਂ ਆਪਣੀ ਮਾਤਾ ਜੀ ਦੇ ਕਾਲ ਚਲਾਣ ਦਾ ਕੀਤਾ ਸੀ ਅਤੇ ਮੇਰੀ ਮਾਂ ਲੈਂਗੁਏਜ ਦਾ ਕੀਤਾ ਸੀ ਆ ਕੇ, ਅਤੇ ਕੁਝ ਮਜ਼ਾਕ ਕਰਨ ਵਾਲੇ ਦੇ ਮਜ਼ਾਕ ਵੀ ਕਰਦੇ ਸੀ, ਕਿਉਂਕਿ ਉਦੋਂ ਪਿੰਨ ਡ੍ਰੌਪ ਸਾਇਲੈਂਟ, ਲੋਕ ਰੇਡੀਓ ਸੁਣਦੇ ਸੀ, ਸੋਸ਼ਲ ਨੈਟਵਰਕ ਮੀਡੀਆ ਨਹੀਂ ਸੀ, ਇਹਦੇ ਕੋਈ ਦੋ ਰਾਵਾਂ ਨਹੀਂ ਕਿ ਸਾਡੇ ਰੇਡੀਓ ਪ੍ਰੋਗਰਾਮ ਨੂੰ ਸੋਸ਼ਲ ਨੈਟਵਰਕ ਮੀਡੀਆ ਨੇ ਬਹੁਤ ਡੈਮੇਜ ਕੀਤਾ ਔਰ ਕਰ ਵੀ ਰਿਹਾ। ਮੈਂ ਇਹ ਲਫ਼ਜ਼ ਵਰਤਿਆ ਸੀ ਕਿ ਉਨਾ ਹੀ ਦੁੱਖ ਮੈਨੂੰ ਆਪਣੇ ਮਾਂ ਦੇ ਅਕਾਲ ਚੱਲਣ ਦਾ, ਅਤੇ ਉਨਾ ਦੁੱਖ ਆ ਕਿ ਮੈਂ ਪਾਰਵਤੀ ਹੋਸਪਿਟਲ ਜਿਹੜਾ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਪੌਸ਼ ਏਰੀਏ ਦੇ ਵਿੱਚ ਹੈ,